ਹਾਂਜੀ, ਕੰਬੋਜ ਰੈਕਟ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਤੇ ਇਸ ਵੀਡੀਓ ਵਿੱਚ ਆਪਾਂ ਕਰਨ ਔਜਲਾ ਤੇ ਡਿਵਾਈਨ ਦੀ ਨਵੀਂ ਆਉਣ ਵਾਲੀ ਐਲਬਮ ਬਾਰੇ ਗੱਲ ਕਰਾਂਗੇ। ਹਾਂਜੀ, ਇਸ ਸਾਲ ਦੀ ਸਟਾਰਟਿੰਗ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਕਰਨ ਔਜਲਾ ਤੇ ਡਿਵਾਈਨ ਦਾ ਕੋਈ ਕਲੈਪ ਸੌਂਗ ਆਉਣ ਵਾਲਾ ਹੈ, ਜਿਸ ਤੋਂ ਬਾਅਦ ਕਰਨ ਔਜਲਾ ਵੱਲੋਂ ਕਿਹਾ ਗਿਆ ਸੀ ਕਿ ਮੇਰਾ ਡਿਵਾਈਨ ਦੇ ਨਾਲ ਇੱਕ ਗਾਣਾ ਨਹੀਂ ਬਲਕਿ 5 ਤੋਂ ਵੱਧ ਗਾਣਿਆਂ ਦੀ ਐਲਬਮ ਆ ਰਹੀ ਹੈ। ਤੇ ਇਸ ਤੋਂ ਕੁਝ ਕੁ ਦਿਨਾਂ ਬਾਅਦ ਡਿਵਾਈਨ ਦੇ ਵੱਲੋਂ ਵੀ ਅਨਾਊਂਸਮੈਂਟ ਕਰਦੇ ਹੋਏ ਕਿਹਾ ਗਿਆ ਸੀ ਕਿ ਮੇਰੀ ਕਰਨ ਔਜਲਾ ਦੇ ਨਾਲ ਇੱਕ ਐਲਬਮ ਆ ਰਹੀ ਹੈ, ਜਿਸ ਵਿੱਚ 6 ਤੋਂ ਵੱਧ ਗਾਣੇ ਹੋਣਗੇ। ਤੇ ਉੱਥੇ ਤੁਹਾਨੂੰ ਪਤਾ ਹੀ ਹੋਊਗਾ ਕਿ ਪਿਛੇ ਜਿਹੇ ਕਰਨ ਔਜਲਾ ਵੱਲੋਂ ਕਿੱਕ ਤੇ ਲਾਈਵ ਸਟ੍ਰੀਮ ਕੀਤਾ ਗਿਆ ਸੀ, ਤੇ ਇਸ ਲਾਈਵ ਸਟ੍ਰੀਮ ਵਿੱਚ ਵੀ ਔਜਲੇ ਵੱਲੋਂ ਡਿਵਾਈਨ ਦੇ ਨਾਲ ਆਉਣ ਵਾਲੀ ਐਲਬਮ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਸੀ ਕਿ ਇਸ ਐਲਬਮ ਦੇ ਵਿੱਚ 6 ਤੋਂ 7 ਗਾਣੇ ਹੋਣ ਵਾਲੇ ਨੇ, ਤੇ ਬਾਅਦ ਵਿੱਚ ਇਹ ਵੀ ਕਿਹਾ ਗਿਆ ਕਿ 8-9 ਗਾਣੇ ਵੀ ਹੋ ਸਕਦੇ ਨੇ। ਪਰ ਇਹਨੂੰ ਪਤਾ ਹੈ ਡਿਵਾਈਨ ਬਾਈ ਦੇ ਨਾਲ 6 ਤੋਂ 7 ਗਾਣੇ ਆ ਰਹੇ ਨੇ ਇਕੱਠਿਆਂ ਦੇ ਸਾਡੇ, ਪਰ ਵੀਡੀਓ ਵਿੱਚ ਕਰਨ ਔਜਲਾ ਦੇ ਕਹਿਣ ਤੋਂ ਲੱਗ ਰਿਹਾ ਕਿ ਐਲਬਮ ਵਿੱਚ 7 ਗਾਣੇ ਹੋਣਗੇ। ਬਾਕੀ ਜਿਹੜੇ ਪ੍ਰਾਈਸ ਐਲਬਮ ਦੀ ਬਹੁਤ ਜ਼ਿਆਦਾ ਵੇਟ ਕਰ ਰਹੇ ਨੇ, ਕਮੈਂਟ ਵਿੱਚ ਡਿਵਾਈਨ ਐਕਸ ਕਰਨ ਔਜਲਾ ਜ਼ਰੂਰ ਲਿਖਿਓ। ਇਸ ਤੋਂ ਇਲਾਵਾ 5 ਜਨਵਰੀ ਨੂੰ ਆ ਰਿਹਾ ਵੱਡਾ ਗਾਣਾ, ਪੂਰੀ ਇਨਫੋਰਮੇਸ਼ਨ ਜਾਣਨ ਲਈ ਵੀਡੀਓ ਦਾ ਲਿੰਕ ਸਕਰੀਨ ਉੱਤੇ ਦਿੱਤਾ ਹੋਇਆ, ਵੀਡੀਓ ਨੂੰ ਜ਼ਰੂਰ ਜਾ ਕੇ ਦੇਖਿਓ। ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਵਿੱਚ। ਥੈਂਕ ਯੂ।